ਹਲਕਾ ਫਤਿਹਗੜ੍ਹ ਚੂੜੀਆਂ ਵਿੱਚ ਚੋਰਾਂ ਵੱਲੋਂ ਪੂਰਾ ਆਤੰਕ ਮਚਾਇਆ ਹੋਇਆ ਹੈ। ਬੀਤੇ ਦਿਨੀ ਭਿੰਡੀ ਡਰੇਨ ਤੋਂ ਇੱਕ ਵਿਅਕਤੀ ਵੱਲੋਂ ਕੈਮਰਾ ਖੋਹ ਲਿਆ ਗਿਆ ਸੀ। ਅੱਜ ਲੰਘੀ ਰਾਤ ਬਲਹਾਂਡਾ ਬਟਾਲਾ ਰੋਡ ਤੋਂ ਚੋਰਾਂ ਵੱਲੋਂ ਦੋ ਨਵੀਆਂ ਤੇ ਦੋ ਪੁਰਾਣੀਆਂ ਐਕਟਿਵਾ, ਬੈਟਰੀ ਇਨਵਰਟਰ, ਲੈਪਟਾਪ ਰਾਤ ਦੇ ਹਨੇਰੇ ਵਿੱਚ ਚੋਰੀ ਕਰ ਲਏ ਗਏ। ਦਿਨੋਂ ਦਿਨ ਵੱਧ ਰਹੀਆਂ ਚੋਰੀਆਂ ਪੁਲਿਸ ਪ੍ਰਸ਼ਾਸਨ ਤੇ ਸਵਾਲੀਆ ਚਿੰਨ੍ਹ ਖੜ੍ਹਾ ਕਰ ਰਹੀਆਂ ਹਨ। ਮੌਕੇ ਤੇ ਪਹੁੰਚੇ SHO ਹਰਪ੍ਰਕਾਸ਼ ਵੱਲੋਂ ਚੋਰਾਂ ਦੀ ਭਾਲ ਲਈ ਛਾਣਬੀਣ ਕੀਤੀ ਜਾ ਰਹੀ ਹੈ। CCTV ਫੁਟੇਜ ਖੰਗਾਲੇ ਜਾ ਰਹੇ ਹਨ। ਆਓ ਜਾਣੋ ਕੀ ਕਿਹਾ SHO ਅਤੇ ਬਲਹਾਂਡਾ ਦੇ ਮਾਲਕ ਗੋਪੀ ਵੱਲੋਂ। ਕੁੜੀਆਂ ਦੇ ਬਟਾਲਾ ਰੋਡ 'ਤੇ ਜਿਹੜੀ ਚੋਰੀ ਹੋਈ ਹੈ ਏਜੰਸੀ 'ਚ, ਇੱਥੇ ਕੀ ਚੁੱਕਿਆ ਗਿਆ? ਮੈਂ ਜੀ ਬਲਹਾਂਡਾ ਫਤਿਹਗੜ੍ਹ ਚੂੜੀਆਂ ਤੋਂ ਬੋਲਣ ਡਿਆ। ਨਾ ਗੋਪੀ, ਮੇਰਾ ਇਸ ਤਰ੍ਹਾਂ ਵਾ ਵੀ ਮੈਨੂੰ ਸਵੇਰੇ ਫੋਨ ਗਿਆ ਇੱਥੋਂ ਫਤਿਹਗੜ੍ਹੋਂ ਗੁਆਂਢੀਆਂ ਦਾ ਵੀ ਤੁਹਾਡੇ ਨਾਲ ਤਾਲੇ ਟੁੱਟ ਗਏ ਆ ਸ਼ੋਰੂਮ ਦੇ, ਅਤੇ ਮੈਂ ਉਸ ਤੋਂ ਬਾਅਦ ਆਇਆ ਵਾਂ। ਆ ਕੇ ਵੇਖਿਆ ਕਿ ਮੇਰੀਆਂ ਨਵੀਆਂ ਗੱਡੀਆਂ ਇੱਥੋਂ ਦੋ, ਅਤੇ ਦੋ ਪੁਰਾਣੀਆਂ ਗੱਡੀਆਂ ਜਿਹੜੀਆਂ ਵਾ ਉਹ ਲੈ ਗਏ ਆ। ਇੱਕ ਲੈਪਟੋਪ ਲੈ ਗਏ ਆ, ਇਨਵੇਟਰ ਲੈ ਗਏ ਆ, ਬੈਟਰਾ ਵੀ ਲੈ ਗਏ ਆ, RCਾਂ ਵੀ ਸਾਰੀਆਂ ਉਹਨਾਂ ਨੇ ਮਤਲਬ ਤਾਂ ਠਾਂ ਕੀਤੀਆਂ। ਇਹ ਨਹੀਂ ਅਜੇ ਤੱਕ ਚੈੱਕ ਕਰਨ ਡੇ ਆ ਕਿ ਕਿਹੜੀ ਗੱਡੀ RC ਗਈ ਆ, ਜੇ ਕੋਈ ਹੋਰ ਗੱਡੀ ਵੀ ਆ ਉਹ ਵੀ ਚੈੱਕ ਕਰਨਾ ਪੈਣਾ ਅਜੇ। ਨਹੀਂ, ਮੋਟਰਸਾਈਕਲ ਕੋਈ ਨਹੀਂ ਗਿਆ, ਐਕਟਿਵਾ ਹੀ ਲੈ ਕੇ ਗਏ। ਹਜੇ ਦਰਖਾਸਤ ਜਿਹੜੀ ਆ ਮੈਂ ਦਿੱਤੀ ਆ, ਨੋਰਮਲ ਪੂਰਾ ਚੈੱਕ ਕਰਕੇ ਫਿਰ ਦੱਸਾਂਗੇ ਵੀ ਕੀ ਅੰਦਰੋਂ ਹੋਰ ਕੀ ਚੱਲ ਗਿਆ। ਦੋ ਐਕਟਿਵਾ, ਦੋ ਜਿਹੜੀਆਂ ਮੇਨ ਜਿਹੜੀਆਂ ਨਵੀਆਂ ਸੀ ਅਤੇ ਦੋ ਪੁਰਾਣੀਆਂ ਜਿਹੜੀਆਂ ਵਰਕਸ਼ਾਪ 'ਚ ਲੱਗੀਆਂ ਸੀ ਉਹ ਤਾਂ ਪਤਾ ਲੱਗ ਗਿਆ। ਬਾਕੀ ਸਟੋਕ ਜਿਹੜਾ ਚੈੱਕ ਕਰਕੇ ਵੇਖਾਂਗੇ ਵੀ ਹੋਰ ਵੀ ਕੋਈ ਗੱਡੀ ਗਈ ਹੈ। ਇਹ 29 ਤਰੀਕ ਨੂੰ ਰਾਤ ਹੋਂਡਾ ਦੀ ਏਜੰਸੀ ਆ ਬਟਾਲਾ ਰੋਡ 'ਤੇ, ਇੱਥੇ ਕੁਛ ਨਾਮਲੂਮ ਵਿਅਕਤੀ ਏਜੰਸੀ 'ਚ ਦਾਖਲ ਹੋਇਆ ਅਤੇ ਇਹਦਾ ਸ਼ਟਰ ਤੋੜ ਕੇ ਇੱਥੋਂ ਸਮਾਨ ਚੋਰੀ, ਕੁਛ ਐਕਟਿਵਾ ਅਤੇ ਬੈਟਰੀਆਂ ਚੋਰੀ ਕਰਕੇ ਲੈ ਕੇ ਗਏ ਨੇ। ਰਾਤ ਪੁਲਿਸ ਵੱਲੋਂ ਪ੍ਰੋਪਰ ਪੈਟਰੋਲਿੰਗ ਸਾਰਾ ਕੁਝ ਕੀਤਾ ਗਿਆ ਆ, ਇਹਦੀ ਫਿਰ ਵੀ ਵੈਰੀਫਿਕੇਸ਼ਨ ਚੱਲ ਰਹੀ ਹੈ। ਕੈਮਰੇ ਵੇਖ ਰਹੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੇ ਚੋਰੀ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਜੀ। ਆਪਣਾ ਕਿਹੜੀ ਜਗ੍ਹਾ ਤੋਂ? ਨਹੀਂ, ਸਾਡੇ ਧਿਆਨ 'ਚ ਨਹੀਂ ਹੈ। ਕੈਮਰਾਮੈਨ ਸੋਨੂ ਨਾਲ ਪੰਕਜ ਪਾਂਧੀ, ਦਿਵਿਆ ਪੰਜਾਬ TV, ਫਤਿਹਗੜ੍ਹ ਚੂੜੀਆਂ।